ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਚੈਕਿੰਗ ਦੌਰਾਨ ਕੈਦੀਆਂ ਨੇ ਕੀਤੀ ਭੰਨਤੋੜ, ਲਗਾਈ ਅੱਗ। ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਜੇਲ੍ਹ ਮੰਤਰੀ ਸਰਦਾਰ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ 'ਤੇ DSP ਗੁਰਬੰਸ ਸਿੰਘ ਬੈਂਸ ਅਤੇ ਜੇਲ੍ਹ ਸੁਪਰਡੈਂਟ ਵੱਲੋਂ ਅੱਜ ਸਵੇਰੇ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਪੁਲਿਸ ਨੂੰ 3 ਮੋਬਾਈਲ ਫੋਨ ਬਰਾਮਦ ਹੋਏ। ਪਿਛਲੇ ਕਈ ਦਿਨਾਂ ਤੋਂ ਪੁਲਿਸ ਵੱਲੋਂ ਇਹ ਚੈਕਿੰਗ ਕੀਤੇ ਜਾਣ ਤੋਂ ਗੁੱਸੇ ਵਿੱਚ ਆਏ ਕੈਦੀਆਂ ਨੇ ਜੇਲ੍ਹ ਅੰਦਰ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਜੇਲ੍ਹ ਅੰਦਰ ਲੱਗੇ ਜੈਮਰ ਨੂੰ ਵੀ ਅੱਗ ਲਗਾ ਦਿੱਤੀ, ਜਿਸ ਕਾਰਨ ਪੁਲਿਸ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਇੱਥੇ ਹੋਰ ਪੁਲਿਸ ਬੁਲਾਉਣੀ ਪਈ। ਇਸ ਮੌਕੇ DSP ਗੁਰਬੰਸ ਸਿੰਘ ਅਤੇ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਸਥਿਤੀ ਕਾਬੂ ਵਿੱਚ ਹੈ ਅਤੇ ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। ਇਨਫੋਰਮੇਸ਼ਨ ਮਿਲੀ ਸੀ ਵੀ ਜੇਲ੍ਹ ਦੇ ਵਿੱਚੋਂ 8 ਨੰਬਰ ਬੈਰਕ ਕੋਲੋਂ 3 ਮੋਬਾਈਲ ਮਿਲੇ ਨੇ। ਉਹ ਜਦੋਂ ਮੋਬਾਈਲ ਜੇਲ੍ਹ ਅਥਾਰਟੀਜ਼ ਨੂੰ ਮਿਲੇ, ਉਹਦੇ ਪ੍ਰੋਟੈਸਟ 'ਚ ਜਿਹੜੇ ਕੈਦੀ ਨੇ ਅਤੇ ਹਵਾਲਾਤੀ ਨੇ, ਉਹਨਾਂ ਨੇ ਪ੍ਰੋਟੈਸਟ ਜ਼ਾਹਰ ਕੀਤਾ। ਉਹਨਾਂ ਨੂੰ ਰੰਜਿਸ਼ ਤਾਂ ਇਸ ਗੱਲ ਦੀ ਹੈ ਵੀ ਜੇਲ੍ਹ ਦੇ ਵਿੱਚ ਰੋਜ਼ਾਨਾ ਚੈਕਿੰਗ ਕਿਉਂ ਹੁੰਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੰਤਰੀ ਸਾਹਿਬ ਵੱਲੋਂ ਸਖ਼ਤ ਇੰਸਟਰਕਸ਼ਨਸ ਨੇ ਵੀ ਜੇਲ੍ਹ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਅਤੇ ਮੋਬਾਈਲ ਨਹੀਂ ਹੋਊਗਾ। ਇਹ ਸਖ਼ਤੀ ਬਾਦ ਦਸਤੂਰ ਜਾਰੀ ਰਹੂਗੀ। ਜੇ ਜੇਲ੍ਹ ਦੇ ਵਿੱਚ ਕੋਈ ਵੀ ਇਲੀਗਲ ਚੀਜ਼ ਸਾਨੂੰ ਮਿਲਦੀ ਹੈ, ਉਹਦੇ 'ਤੇ ਅਸੀਂ ਲੀਗਲ ਕਾਰਵਾਈ ਕਰਾਂਗੇ। ਜਿਹੜੀ ਅੱਜ ਦੀ ਗੱਲ ਹੈ, ਅੱਜ ਦੀ ਸਿਚੁਏਸ਼ਨ ਅੰਡਰ ਕੰਟਰੋਲ ਹੈ। ਜੋ ਪ੍ਰੋਟੈਸਟ ਉਹਨਾਂ ਨੇ ਕੀਤਾ ਸੀ, ਉਹ ਪ੍ਰੋਟੈਸਟ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨੂੰ ਦੱਸਤਾ ਹੈ ਅਤੇ ਉਹਨਾਂ ਨੂੰ ਸਮਝਾਤਾ ਹੈ ਕਿ ਇਰੈਗੂਲਰਿਟੀ ਹੋਣ ਨਹੀਂ ਦੇਣੀ ਅਤੇ ਬਾਕੀ ਸਾਰੇ ਹਾਲਾਤ ਹੁਣ ਨੋਰਮਲ ਨੇ। ਜੇਲ੍ਹ 'ਚ ਮੁਲਾਕਾਤਾਂ ਸਟਾਰਟ ਨੇ, ਸਾਰਾ ਕੁਝ ਪੀਸਫੁਲ ਅਤੇ ਅੰਡਰ ਕੰਟਰੋਲ ਹੈ। ਕੋਈ ਕੁੱਟਮਾਰ ਨਹੀਂ ਹੋਈ, ਜਿੱਥੋਂ ਤੱਕ ਕੋਈ ਅੱਗ ਦਾ ਸਵਾਲ ਹੈ, ਕੋਈ ਅੱਗ ਨਹੀਂ ਲੱਗੀ। ਜਿਹੜੀ ਬੈਰਕ ਦੇ ਉੱਪਰ ਚੜ੍ਹ ਕੇ ਨਾਅਰੇਬਾਜ਼ੀ ਦੀ ਗੱਲ ਆ ਰਹੀ ਹੈ, ਜਿਵੇਂ ਸੁਪਰਡੈਂਟ ਸਾਹਿਬ ਨੇ ਦੱਸਿਆ, ਬੈਰਕ 4 ਨੰਬਰ ਬੈਰਕ ਡਬਲ ਸਟੋਰੀ ਹੈ। ਉਹ ਡਬਲ ਸਟੋਰੀ ਛੱਤ ਦੇ ਉੱਪਰ ਡਬਲ ਸਟੋਰੀ ਮਤਲਬ ਆਪਣੀ ਜਿੱਥੇ ਬੈਰਕ ਹੈ ਉੱਥੇ ਉਹ ਪ੍ਰੋਟੈਸਟ ਕਰ ਰਹੇ ਸੀ, ਲੇਕਿਨ ਹੁਣ ਸਾਰਾ ਕੁਝ ਕੰਟਰੋਲ 'ਚ। ਉਹ ਉੱਪਰ ਨਹੀਂ ਸੀ ਚੜ੍ਹੇ, ਆਪਣੀ ਜਿੱਥੇ ਰਹਿਸ਼ ਹੈ ਉੱਥੇ। ਉਹਨਾਂ ਨੂੰ ਦੱਸਤਾ ਵੀ ਜਿਹੜੀ ਜੋ ਨੋਰਮਸ ਦੇ ਮੁਤਾਬਕ ਚੈਕਿੰਗ ਹੈ ਰੂਟੀਨ ਦੀ, ਉਹ ਤਾਂ ਚੱਲੂਗੀ। ਇਸ ਗੱਲ ਦਾ ਉਹਨਾਂ ਨੇ ਕੋਈ ਵਿਰੋਧ ਵੀ ਨਹੀਂ ਕੀਤਾ। ਉਹ ਬਸ ਥੋੜ੍ਹਾ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਸੀ ਵੀ ਰੋਜ਼ ਰੋਜ਼ ਚੈਕਿੰਗ ਕਿਉਂ ਹੁੰਦੀ ਹੈ। ਕਿਸੇ ਕੈਦੀ ਦੀ ਕੋਈ ਮਾਰਕੁੱਟ ਨਹੀਂ ਹੋਈ ਅਤੇ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਸੀ ਸਾਡੇ ਫੋਨ ਮੋਬਾਈਲ ਫੋਨ ਮਿਲੇ ਨੇ ਅਤੇ ਹੁਣ ਫਿਰ ਕਾਰਵਾਈ ਹੋਊਗੀ। ਪਰਸਨਲ ਗ੍ਰੀਵੈਂਸ ਜਿਹੜੀ ਸ਼ਿਕਾਇਤ ਆ ਉਹਨੂੰ ਉਜਾਰ ਕਰਨ ਵਾਸਤੇ ਕੋਈ ਕਹਿੰਦਾ ਜੀ ਚੱਕਰਾ ਹੌਲਦਾਰ ਨਹੀਂ ਠੀਕ, ਕੋਈ ਕਹਿੰਦਾ ਜੀ ਉਹ ਮੁਲਾਜ਼ਮ ਨਹੀਂ ਠੀਕ, ਪਰਸਨਲੀ ਰੰਜਸ ਦੇ ਵਿੱਚ ਉਹ ਕਿਸੇ ਦਾ ਨਾਂ ਲੈਂਦੇ ਆ, ਬਾਕੀ ਉਹ ਸਾਰੇ ਸੈਟਿਸਫਾਈ ਕਰਾਤੇ ਮੈਂ। ਜਿੱਥੋਂ ਤੱਕ ਛੱਤ ਤੱਕ ਉਹ 4 ਬੈਰਕ ਉੱਤੇ ਹੈ, ਡਬਲ ਸਟੋਰੀ ਹੈ, ਉੱਥੇ ਹੈ ਉਹ, ਉਹਨਾਂ ਦੀ ਗਿਣਤੀ ਕਿ ਉੱਥੇ ਚੜ੍ਹਿਆ, ਕਿਸੇ ਛੱਤ ਨਹੀਂ ਚੜ੍ਹੇ। ਦੀਵਾਰ ਕਿਸੇ ਤੋੜੀ ਉਹਨਾਂ ਨੇ? ਨਹੀਂ ਤੋੜੀ ਨਹੀਂ, ਉਹ ਕਿਤੇ ਪਹਿਲਾਂ ਜਦੋਂ ਹੋਇਆ ਉਦੋਂ ਟੁੱਟੀ ਹੈ। ਕਦੇ ਅੱਗ ਵੀ ਲਾਈ ਸਰ ਅੰਦਰ? ਨਹੀਂ, ਅੱਗ ਨਹੀਂ ਅੰਦਰ ਕਿਸੇ ਤਰ੍ਹਾਂ ਦੀ ਲੱਗੀ, ਸਿਰਫ ਉਹ ਇਹੀ ਕਹਿ ਰਹੇ ਸੀ ਕਿ ਸਾਡੀ ਰੋਜ਼ ਤਲਾਸ਼ੀ ਹੋ ਰਹੀ ਹੈ। ਉਹਦੇ ਕਰਕੇ ਉਹਨਾਂ ਨੂੰ ਸਾਰਾ ਸੈਟਿਸਫਾਈ ਵੀ ਮਾਨਯੋਗ ਮੰਤਰੀ ਸਾਹਿਬ, ਜੇਲ੍ਹ ਮੰਤਰੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜੇਲ੍ਹ ਅੰਦਰ ਮੋਬਾਈਲ 100% ਬੰਦ। 3 ਫੋਨ ਮਿਲਿਆ 8 ਬੈਰਕ ਦੇ ਵਿੱਚੋਂ ਸਵੇਰੇ ਜਦੋਂ ਅਸੀਂ ਜੇਲ੍ਹ ਖੋਲ੍ਹੀ ਹੈ ਉਸ ਟਾਈਮ ਤਲਾਸ਼ੀ ਦੌਰਾਨ। ਉਹਨਾਂ ਨੇ ਉਹ ਤਾਂ ਪ੍ਰੋਟੈਸਟ ਕਰਨ ਵਾਸਤੇ ਜੇ ਕੋਈ ਛੋਟੇ ਮੋਟੇ ਪਾਈਪ ਉਹਨਾਂ ਵਾਸਤੇ ਵੀ ਜੇ ਕੋਈ ਮਾਹੌਲ ਵਿਗੜਦਾ, ਬਟ ਮੈਂ ਆਪ ਜਾ ਕੇ ਉਹਨਾਂ ਦੀ ਸਾਰੀ ਗੱਲ ਸੁਣੀ ਹੈ। ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਕਿਸੇ ਨਾਲ ਧੱਕਾ ਨਹੀਂ ਹੁੰਦਾ।